ਨੂੰ। ਕੁਛ ਨਾ ਕੁਛ ਤਾਂ ਹੈ, ਪਤਾ ਕਰਨਾ ਪਊ। ਭੱਜੂ ਉਹ ਯਾਰ, ਕਹਿ ਦਿੱਤਾ ਖਾਧੀ ਪੀਤੀ ਚ ਬੋਲਿਆ ਗਿਆ, ਹੁਣ ਜਾਣ ਲਓਗੇ ਮੇਰੀ? ਉਹ ਤੂੰ ਕਹਿੰਦਾ ਖਾਧੀ ਪੀਤੀ ਚ ਬੋਲਿਆ ਗਿਆ, ਉਹ ਕੁੜੀ ਦਾ ਘਰ ਬਰਬਾਦ ਹੋ ਜਾਣਾ ਸੀ, ਮਾਰਾ ਸੜ ਦੇ। ਚੁੱਪ ਕਰਕੇ ਪ੍ਰਾਹੁਣੇ ਤੋਂ ਮਾਫੀ ਮੰਗ ਲੈ, ਸਾਰਾ ਮਸਲਾ ਹੱਲ ਹੋ ਜੂ। ਜੇ ਨਾ ਮੰਨਿਆ ਨਾ, ਮੈਥੋਂ ਬੁਰਾ ਕੋਈ ਨਹੀਂ। ਓ ਚਲੋ ਮੰਗ ਲੈਣਾ ਮਾਫੀ। ਤੁਸੀਂ ਐਂ ਕਰੋ, ਤੁਸੀਂ ਚਲੋ ਘਰੇ, ਹੈ ਮੈਂ ਮਾੜਾ ਜਿਹਾ ਮੂੰਹ ਧੋਇਆ ਵਾਂ, ਹੈ। ਓਏ ਚਲੋ ਯਾਰ, ਯਕੀਨ ਵੀ ਸਾਲੀ ਕੋਈ ਚੀਜ਼ ਹੁੰਦੀ ਹੈ। ਤੈਨੂੰ ਭੱਜੋ ਦੀ ਸਾਂਹ ਲੱਗੇ, ਆਏ ਜ਼ਰੂਰ। ਚੱਲ ਠੀਕ ਆ, ਭੱਜੋ ਦੀ ਸਾਂਹ ਦੇ ਗਿਆ, ਹੁਣ ਤਾਂ ਜਾਣਾ ਹੀ ਪਊਗਾ। ਭੱਜੋ, ਤੂੰ ਇੱਥੇ? ਭੁੱਲਿਆ, ਮੈਂ ਕੀ ਮਾੜਾ ਕੀਤਾ ਤੇਰਾ, ਜਿਹੜਾ ਤੂੰ ਮੇਰਾ ਹੱਸਦਾ ਵੱਸਦਾ ਘਰ ਉਜਾੜਨ ਨੂੰ ਫਿਰਦਾ। ਜੇ ਨਾ ਸਮਝੀ ਵਿੱਚ ਮੈਂ ਤੈਨੂੰ ਪਿਆਰ ਦੇ ਦੋ ਬੋਲ ਬੋਲ ਬੈਠੀ, ਤਾਂ ਹੁਣ ਤੂੰ ਇੱਦਾਂ ਕਰੇਗਾ ਮੇਰੇ ਨਾਲ? ਮੈਂ ਮੰਨਦੀ ਹਾਂ ਗਲਤੀਆਂ ਹੋ ਜਾਂਦੀਆਂ ਨੇ, ਮੇਰੇ ਕੋਲੋਂ ਵੀ ਹੋ ਗਈ। ਮੈਨੂੰ ਨਹੀਂ ਸੀ ਪਤਾ ਕਿ ਅਣਜਾਣ ਪੁਣੇ 'ਚ ਚੁੱਕਿਆ ਇੱਕ ਗਲਤ ਕਦਮ ਮੇਰੀ ਪੂਰੀ ਜ਼ਿੰਦਗੀ ਹਿਲਾ ਕੇ ਰੱਖ ਦਏਗਾ, ਪਰ ਹੁਣ ਸਮਝ ਆ ਗਈ ਹੈ ਮੈਨੂੰ। ਮੈਂ ਤੇਰੇ ਅੱਗੇ ਹੱਥ ਜੋੜਦੀ ਹਾਂ, ਤੇਰੇ ਪੈਰੀ ਪੈ ਜਾਂਦੀ ਹਾਂ। ਮੈਨੂੰ ਵਸ ਲੈਣ ਦੇ, ਮੇਰੀ ਜ਼ਿੰਦਗੀ 'ਚ ਚੱਲਿਆ ਜਾ, ਮੇਰਾ ਘਰ ਵਸ ਲੈਣ ਦੇ। ਭੱਜੋ ਤੂੰ ਰੋ ਨਾ, ਮੈਂ ਕੀ ਮਾੜਾ ਕਰਨਾ ਕਿਸੇ ਦਾ, ਮੈਂ ਤਾਂ ਆਪ ਉਜੜਿਆ ਫਿਰਦਾ। ਤੇ ਦਿਨ ਰਾਤ ਤੇਰੇ ਲਈ ਦੁਆ ਮੰਗਦਾ ਰੱਬ ਤੋਂ, ਤੇ ਤੂੰ ਹਮੇਸ਼ਾ ਖੁਸ਼ ਰਹੇ, ਕਿ ਤੇਰੇ ਸਾਰੇ ਦੁੱਖ ਰੱਬ ਮੇਰੀ ਝੋਲੀ ਪਾ ਦੇਵੇ। ਰਾਤੀ ਦਾਰੂ ਪੀਤੀ 'ਚ ਤੇਰੇ ਘਰ ਸਾਲ ਸਾਹਮਣੇ ਬੋਲ ਹੋ ਗਿਆ, ਮੈਥੋਂ ਮਾਫੀ ਮੰਗਦਾ ਰੱਬ ਤੋਂ, ਮੈਨੂੰ ਮਾਫ ਕਰ ਦੇ ਭੱਜੋ। ਮੈਨੂੰ ਵੀ ਮਾਫ ਕਰ ਦੇ ਤੇ ਭੁੱਲ ਜਾ ਹਮੇਸ਼ਾ ਲਈ, ਕਿ ਕੋਈ ਭੱਜੋ ਨਾਮ ਦੀ ਕੁੜੀ ਸੀ, ਇਹਦੇ ਵਿੱਚ ਸਾਰਿਆਂ ਦਾ ਭਲਾ ਏ। ਉਹ ਪਰਾਉਣਿਆ, ਐਤਕੀ ਤੇਰੀਆਂ ਭੁੱਖਾਂ ਕੱਟ ਕੇ ਭੇਜਣਾ, ਉਹ ਸਾਡੀ ਵੀ ਕੋਈ ਇੱਜ਼ਤ ਹੈ। ਉਹ ਪਰਾਉਣਿਆ ਗੁਣਗਾ ਸਾਡੇ, ਜੇ ਅਸੀਂ ਨਾ ਹੁੰਦੇ ਨਾ, ਬੇਬੇ ਨੇ ਤੈਨੂੰ ਕੜਾਹ ਖਵਾ ਖਵਾ ਕੇ ਪੂਕਣੇ ਲਾ ਦੇਣੀਆਂ ਸੀ। ਉਹ ਬਈ ਗੱਲ ਤਾਂ ਤੇਰੀ ਪੱਕੀ ਹੈ ਤਾਰੀ, ਸਾਲਾ ਮੈਨੂੰ ਵੀ ਐਤਕੀ ਉਹ ਲੱਗਿਆ ਵੀ ਮੈਂ ਵੀ ਕਿਸੇ ਦਾ ਜਵਾਈ ਆ। ਉਹ ਪਰਾਉਣਿਆ ਸਹੀ ਦੱਸੀ, ਬਿਲਕੁਲ ਸਹੀ, ਤੂੰ ਖੁਸ਼ ਤਾਂ ਹੈ ਨਾ? ਮੇਰਾ ਮਤਲਬ ਸਾਡੀ ਭੱਜਣ ਨਾਲ ਵਿਆਹ ਕਰਾ ਕੇ ਕੋਈ ਪਰੇਸ਼ਾਨੀ ਤਾਂ ਨਹੀਂ? ਜੋਰੀਆਂ ਕਹੀਏ ਜੇ ਗੱਲਾਂ ਕਰਦੇ ਯਾਰ, ਅੱਲੇ ਭੱਜੋ ਆ ਗਈ, ਇਹਨੂੰ ਇਹ ਪੁੱਛ ਲੈ। ਦੱਸ ਭੈਣੇ, ਗਊ ਆ ਜਮਾ ਗਊ, ਬਸ ਕਦੀ ਕਦੀ ਸਿੰਘਾਂ ਤੇ ਚੁੱਕ ਲੈਂਦਾ ਹੈ। ਕਮਲੀ ਨਾ ਵੇਦਾ ਬੇ ਪੁੱਤ, ਰੋਟੀ ਤਿਆਰ ਪਈ ਆ, ਨਾਲੇ ਆ ਦੁੱਧ ਪੀਣ ਜੋਗੀ ਵੀ ਜਗ੍ਹਾ ਰੱਖ ਲਿਓ, ਬਥੇਰੀ ਪੀ ਲਈ ਆਹ ਹੁਣ। ਉਹ ਖਾ ਲੈਨੇ ਬੇਬੇ ਰੋਟੀ ਵੀ, ਪਹਿਲਾਂ ਖਾਣ ਜੋਗੇ ਤਾਂ ਹੋ ਜੀਏ,
ਬੜੀਆਂ ਰੌਣਕਾਂ ਲੱਗੀਆਂ ਬਈ। ਉਹ ਪ੍ਰਾਹੁਣਿਆ, ਉਹ ਅੰਗਰੇਜ਼ੀ ਲਿਆਇਆ ਤੇਰੇ ਲਈ। ਬਹੁਤ ਸਾਊਂਡ ਆ। ਹੁਣ ਤਾਂ ਖੁਸ਼ ਹੋ ਜਾ, ਹੁਣ ਤਾਂ ਪ੍ਰਾਹੁਣਾ ਵੀ ਕਹਿੰਦਾ। ਚੱਲ ਕੋਈ ਨੀ, ਬੋਲਿਆ ਸਾਲਾ ਬੰਦੇ ਤੋਂ ਵਾਧੀ ਬੀਤੀ ਚ ਵਾਧਾ ਘਾਟਾ ਹੋ ਹੀ ਜਾਂਦਾ। ਕੋਈ ਗੱਲ ਨੀ ਪੈਗਲਾ। ਉਹ ਪ੍ਰਾਹੁਣਿਆ, ਅਸਲ ਚ ਇਹਨੂੰ ਹੁਣੇ ਪਤਾ ਲੱਗਿਆ ਵੀ ਜੀਜਾ ਜੀਜਾ ਹੁੰਦਾ ਤੇ ਸਾਲਾ ਸਾਲਾ ਹੁੰਦਾ। ਬੇ ਪੁੱਤ, ਪੀ ਜਿੰਨੀ ਮਰਜ਼ੀ ਲਿਓ, ਪੀ ਕੇ ਜਲੂਸ ਨਾ ਕੱਢਿਓ ਕੱਲ ਵਾਂਗੂ। ਦੇਖਿਓ ਕਿਤੇ ਪੀ ਕੇ ਖੰਡਾ ਦਿਓ। ਉਹ ਨਹੀਂ ਕੱਢਦੇ ਜਲੂਸ ਬੀਬੀ, ਤੂੰ ਰੋਟੀ ਬਣਾ, ਸਾਡਾ ਤਾਂ ਬਸ ਹੁਣ ਲਾਸਟ ਪੈ ਗੱਲਾਂ। ਉਹ ਜੋਰਿਆ, ਆ ਨਵੇਂ ਬੜੇ ਸਾਲੇ ਸਾਹਿਬ ਨੂੰ ਵੀ ਪਾ ਭੋਰਾ। ਉਹ ਮੋਟਾ ਜਾ ਬਾਈ, ਮੋਟਾ ਜਾ। ਲੈ ਬੋਲੇ ਖਿੱਚ, ਪੀ ਲੈ ਪੀ ਲੈ। ਅੰਗਰੇਜ਼ੀ ਫੇਰ ਦੇਖਾਂਗੇ, ਦੇਸੀ ਵੀ। ਸਾਲੇ ਕੁਝ ਖਾਣ ਦਾ ਮੰਗਾ ਲਓ। ਮੀਟ ਤਾਂ ਰਿਹਾ ਹੋਇਆ, ਤੂੰ ਮੈਂ ਕਿਹਾ ਮੀਟ ਤਾਂ ਭੇਜ ਦੇ। ਉਹ ਪ੍ਰਾਹੁਣਿਆ, ਸਭ ਉਹ ਕਰਦਾ ਯਾਰ ਤੂੰ। ਉੱਥੇ ਨਾ ਯਾਰ ਤੂੰ ਮਾੜੀ ਗੱਲ 'ਤੇ ਗੁੱਸਾ ਹੋ ਗਿਆ। ਉਹ ਬੰਦੇ ਜ਼ਿਆਦਾ ਦੁੱਖ ਹੁੰਦੇ ਨੇ ਯਾਰ। ਓਏ ਸਾਲਿਆ, ਹੁਣ ਕੀ ਮੱਖ ਲੜ ਗਿਆ ਤੇਰੇ? ਉਹ ਕਿ ਤੈਨੂੰ ਕੀ ਦੱਸਾਂ ਪ੍ਰਾਹੁਣਿਆ, ਸਾਡੀ ਵੀ ਕੋਈ ਸਹੇਲੀ ਹੁੰਦੀ ਸੀ, ਬਹੁਤ ਵਧੀਆ ਸੀ ਯਾਰ, ਪਰ ਲੇਖ ਨਹੀਂ ਵਧੀਆ ਤੀ। ਸਾਲਾ ਕੋਈ ਮਲੰਗ ਬਹਿ ਗਿਆ ਜੋੜਾਂ 'ਚ, ਲੈ ਗਿਆ ਬਹਿ ਕੇ। ਓਏ ਤੂੰ ਆ ਰੋਣਾ ਧੋਣਾ ਜਾ, ਰੋ ਕੇ ਪੀਤੀ ਹੋਈ ਨਾ ਲਾ, ਪੈਗ ਲਾ ਪੈਗ, ਸਾਰੀਆਂ ਭੁੱਲ ਜਾਣਗੀਆਂ ਘਾਟੀਆਂ ਵਧੀਆਂ। ਕੋਈ ਅਸੀਂ ਵੀ ਭਰੀ ਇਹੋ ਜਿਹੇ ਕੰਮ ਮਿਟਾਏ ਨੇ ਦਾਰੂ ਪੀ ਕੇ। ਭੋਲਾ ਤਾਂ ਬੜਾ ਪਿਆਰ ਕਰਦਾ ਆਪਣੀ ਭੈਣ ਨੂੰ, ਬੜਾ ਪਿਆਰ। ਆਹੋ ਬਈ, ਭੈਣ ਭਾਈਆਂ ਦਾ ਪਿਆਰ ਹੁੰਦਾ ਹੀ ਹੈ। ਚੱਲ ਤੂੰ ਬੈਗ ਪਾ ਜੋਰਿਆ। ਲੈ ਪੁੱਤ, ਜੇ ਤੇਰਾ ਪਿਓ ਜਿਉਂਦਾ ਹੁੰਦਾ ਤਾਂ ਹੋਰ ਜ਼ਿਆਦਾ ਕਰਦੀ। ਆ ਵੀ ਇਹਨਾਂ ਕੰਜਰਾਂ ਤੋਂ ਚੋਰੀਓਂ ਰੱਖ ਕੇ ਬਣਾਇਆ ਹੋਇਆ ਸੀ, ਇਹਨਾਂ ਦਾ ਕੀ ਪਤਾ ਕਦੋਂ ਵੇਚ ਦਿੰਦੇ। ਲੈ, ਅਸੀਂ ਚੋਰਾਂ ਬੀਬੀ? ਵੇ ਟੱਕਿਆ ਰਹਿ ਟੱਕਿਆ ਰਹਿ, ਪਿੰਨੀ ਵਾਲੀ ਕਰਤੂਤ ਦਾ ਪਤਾ ਲੱਗ ਗਿਆ ਤੇਰੀ ਦਾ। ਲੈ, ਸਾਡੇ ਕੋਈ ਇੱਜ਼ਤ ਆ ਪਿੰਡ 'ਚ? ਚੰਗਾ ਬੀਬੀ, ਚੱਲਦੀ ਆ, ਅਗਲੇ ਸਾਲ ਆਵਾਂਗੇ। ਤਿੰਨ ਜਣੇ ਪੁੱਤ, ਰੱਬ ਸੁਣ ਲੈ, ਤਿੰਨੇ ਜਣੇ ਆ। ਕੁੜੀਏ, ਕਿਉਂ ਪ੍ਰਾਹੁਣੇ ਨੂੰ ਤੰਗ ਕਰੀ ਜਾਨੀ ਆ? ਬਹੁਤ ਦੂਰ ਜਾਣਾ ਇਹਨਾਂ ਨੇ। ਲੈ, ਮੈਂ ਕਿਹੜਾ ਚੀਜ਼ ਦੀ ਚੁੰਡੀਆਂ ਵੜਦੀ ਆ, ਕੀ ਪਤਾ ਕਦੋਂ ਆਉਣਾ ਇਹਨਾਂ ਨੇ। ਉਹ ਪ੍ਰਾਹੁਣਿਆ, ਜਾ ਕੇ ਸਾਨੂੰ ਆਏਗਾ ਨਾ ਅੰਗਰੇਜ਼ੀ ਨਾਲ ਵੱਖਰੇ ਹੀ ਚੱਲੂ। ਉਹ ਨਾ ਜੋਰਿਆ, ਆਏ ਨਾ ਕਹਿ, ਆਏ ਨੀ ਪਤਾ ਪ੍ਰਾਹੁਣਾ ਹੁਣੇ ਸਮਾਨ ਵਾਪਸ ਰੱਖ ਲੇ। ਚਲੋ ਚਲੋ, ਤੁਸੀਂ ਜਾਂਦਿਆਂ ਜਾਂਦਿਆਂ ਆਥਣ ਹੋ ਜਾਣੀ ਏ। ਭੱਜੋ, ਸਾਲਾ ਅੰਗਰੇਜ਼ੀ ਤੇ ਬੱਕਰੇ ਦਾ ਨਾਂ ਸੁਣ ਕੇ ਜੀ ਤਾਂ ਨਹੀਂ ਕਰਦਾ ਜਾਣ ਨੂੰ। ਚਲੋ ਚਲੋ, ਚੰਗਾ ਬੀਬੀ, ਚੱਲਦੇ ਆ, ਸਤਿ ਸ੍ਰੀ ਅਕਾਲ। ਰੱਖ ਦੇ ਬਾਈ, ਟਰੰਕ ਪਿੱਛੇ ਰੱਖ ਦੇ। ਚੰਗਾ ਭੈਣੇ। ਰੱਖਾ ਓਏ ਤਾਰੀ, ਬਹੁਤ ਭਾਰੀ ਆ ਟਰੰਕ। ਓਏ ਹਾਏ, ਚੰਗਾ ਵੀਰੇ, ਸਤਿ ਸ੍ਰੀ ਅਕਾਲ। ਚੰਗਾ ਵੀ ਸਾਲਾ ਸਾਹਿਬ। ਚੰਗਾ ਵੀਰੇ, ਸਤਿ ਸ੍ਰੀ ਅਕਾਲ। ਚੰਗਾ ਵੀ ਪ੍ਰਾਹੁਣੇ, ਸਤਿ ਸ੍ਰੀ ਅਕਾਲ। ਚੰਗਾ ਪ੍ਰਾਹੁਣੇ, ਗਲਤੀ ਮਲਤੀ ਮਾਫ, ਸਤਿ ਸ੍ਰੀ ਅਕਾਲ। ਚੰਗਾ ਭੈਣੇ, ਚੱਲ ਆ ਜਾ। ਜਾਣਦੇ ਮਸਾਂ ਫਲਾ ਡਲੀ ਆ, ਜਾਣਦੇ। ਭੱਜੋ, ਦੂਰ ਜਾਣਾ, ਬਾਟ ਬਹੁਤ ਲੰਮੀ ਹੈ, ਆ ਜਾ ਤੁਰਿਆ ਕਰਾਂ। ਮਸਾਂ ਫਲਾ ਡਲੀ ਆ, ਇੰਨੀ ਦਾਰੂ ਤਾਂ ਆਪਾਂ ਨੇ ਤੋਂ 20 ਦਿਨ ਮੁੱਕਦੀ ਸੀ, ਜਿੰਨੀ ਪ੍ਰਾਹੁਣਾ 2 ਦਿਨ 'ਚ ਵੀ ਗਿਆ। ਹੋਰ ਚਲੋ ਵੇ, ਕੰਮ ਕਰੋ ਆਪਣਾ, ਤੁਹਾਡੀ ਆਹੀ ਕਰਤੂਤ ਰਹਿਣੀ ਆ। ਉਹ ਤਾਰੀ, ਹਾਂ ਪੈਗ ਕਿੱਥੇ ਆ? ਉਹ ਪਿਆ ਬੋਤਲ 'ਚ ਲਾ ਲਾ ਯਾਰ। ਚਲ ਆ ਲਾ ਲੈ, ਗੁੱਟ ਗੁੱਟ, ਉਹ ਸਾਰੀ ਉੱਤਰ ਗਈ ਪੈਰਾਂ ਵਾਲੀ ਤਾਂ। ਚਲ।
ਵੇ ਮਰਜੇ ਕੰਜਰਾ ਉੱਥੇ ਪੀ ਕੇ ਦਾਰੂ ਬੜਾ ਧਰਮਰਾਜ ਬਣੀ ਬੈਠਾ ਸੀ ਹੁਣ ਬੋਲ ਕੀ ਬੋਲਦਾ ਹੈ ਓਏ ਹੁਣ ਕੀ ਹੋ ਗਿਆ ਜੇ ਆਏ ਭਾਂਡੇ ਮਾਰ ਮਾਰ ਮੇਰਾ ਟਾਈਮ ਖਰਾਬ ਕਰੀ ਜਾਏਗੀ ਤਾਂ ਮੈਂ ਕੱਪੜੇ ਕਿਹੜੇ ਵੇਲੇ ਧੋਊਂਗਾ ਹਲੇ ਝਾੜੂ ਪੋਚਾ ਸਾਰਾ ਪਿਆ ਤੂੰ ਰਾਮ ਨਾਲ ਬੈਠ ਅੰਦਰ ਜਾ ਕੇ ਮੈਂ ਤੇਰੇ ਲਈ ਨਾ ਜੂਸ ਬਣਾ ਕੇ ਲਿਆਉਣਾ ਆ ਮੈਨੂੰ ਦੋ ਭਾਂਡੇ ਮਾਂਜ ਲੈਣ ਦੇ ਬਸ ਤਾਂ ਮੈਂ ਬਾਅਦ ਚ ਪੀਵਾਂਗੀ ਪਹਿਲਾਂ ਮੈਨੂੰ ਇਹ ਦੱਸ ਉੱਥੇ ਕੀ ਪੌਂਕਦਾ ਸੀ ਕਿ ਮੇਰੀ ਤੇ ਉਹ ਭੋਲੇ ਦੀ ਆੜੀ ਸੀ ਕਾਲਜਾ ਖਾਜੂ ਤੇਰਾ ਹਰਾਮੀ ਦਾ ਓਏ ਗਲਤੀ ਹੋ ਗਈ ਮੇਰੀ ਮਾਂ ਮਾਫ ਕਰ ਦੇ ਮੈਨੂੰ ਦੋ ਭਾਂਡੇ ਧੋਣ ਦੇ ਤੂੰ ਬੈਠ ਜਾ ਰਾਮ ਨਾਲ ਜਾ ਕੇ ਭਾਂਡੇ ਬਾਅਦ ਚ ਧੋਈ ਪਹਿਲਾਂ ਜਾ ਕੇ ਕੱਪੜੇ ਧੋ ਚੱਲ ਉੱਠ ਓਏ ਧੋ ਲੈਣਾ ਚੱਲ ਉਧਰ ਹੈਲੋ ਹਾਂ ਸਤਿ ਸ਼੍ਰੀ ਅਕਾਲ ਤਾਈ ਹਾਂ ਮੈਂ ਵਧੀਆ ਤੁਸੀਂ ਸੁਣਾਓ ਕਿੱਦਾਂ ਠੀਕ ਆ ਕੋਈ ਪੁੱਛਦੀ ਆ ਪ੍ਰਾਹੁਣੇ ਦਾ ਕੋਰਸ ਹੋ ਗਿਆ 100 ਸਾਲਾ ਪੂਰਾ ਤਾਈ ਇਹ ਕੋਰਸ ਤਾਂ ਬੜਾ ਲੰਬਾ ਕਦੇ ਕਦੇ ਤਾਂ ਸਾਰੀ ਜ਼ਿੰਦਗੀ ਨਹੀਂ ਖਤਮ ਹੁੰਦਾ